ਹੁਣ ਆ ਜਾਈ ਪੂਛੇ ਹੋ ਤੇ ਇਬਰਾਹੀਮ ਜੈਸੀ ਹੋ। ਬਿਸਮਿਲ੍ਲਾਹਿਰਰਹਮਾਨਿਰਰਹੀਮ ਅਸਲਾਮ ਅਲੈਕੁਮ, ਵੈਲਕਮ ਮਾਈ ਯੂਟਿਊਬ ਫੈਮਿਲੀ। ਕੈਸੇ ਆਪ ਸਭ, ਉਮੀਦ ਕਰਤੀ ਹੋ ਸਭ ਠੀਕ ਠਾਕ ਹੋਗੇ, ਅੱਲਾਹ ਦਾ ਸ਼ੁਕਰ ਹੈ ਮੈਂ ਬਿਲਕੁਲ ਠੀਕ ਹੂੰ। ਤੋ ਗੁੱਡ ਮੋਰਨਿੰਗ ਜੀ, ਸੁਬਹਾ ਆਜ ਹੈ ਜੁਮੇਰਾਤ ਹੈ ਜੀ, ਆਜ ਜੁਮੇਰਾਤ ਹੈ ਜੀ। ਮਾਸ਼ਾ ਅੱਲਾਹ ਸੁਬਹ ਸੁਬਹ ਮੈਂ ਉੱਠੀ ਹੂੰ ਤੋ ਅੱਲਾਹ ਪਾਕ ਕਾ ਸ਼ੁਕਰ ਹੈ। ਸੈਰੀ 4:30 ਵਜੇ ਨਾ ਥੋੜ੍ਹੀ ਸੀ ਕਣੀਏ ਆਈ ਤੀ, ਰਾਤ ਕੋ ਇਤਨੀ ਹਵਸ ਔਰ ਗਰਮੀ ਥੀ, ਮੈਂ ਛੱਤ ਪੇ ਬੈਠੀ ਤੀ, ਨਹਾ ਕੇ ਗਈ ਥੀ, ਫਿਰ ਵੀ ਕੱਪੜੇ ਗੀਲੇ ਹੋ ਰਹੇ, ਹਵਾ ਵੀ ਚੱਲ ਰਹੀ ਥੀ। ਫਿਰ ਮੈਂ ਨੀਚੇ ਆ ਗਈ ਤੋ ਨੀਚੇ ਆ ਕੇ ਫਿਰ ਮੈਂ ਪੰਖਾ ਲਗਾ, ਫਿਰ ਨਹਾਈ ਨਹਾ ਕੇ ਪੰਖੇ ਕੇ ਨੀਚੇ ਬੈਠੀ। ਮੈਂ ਨਾ ਅੱਲਾਹ ਕਰਕੇ ਬੜੀ ਦੁਆਏ ਕਰ ਰਹੀ ਸੀ, ਅੱਲਾਹ ਪਾਕ ਹਮਾਰੇ ਗਰੀਬੋਂ ਕੇ ਲੀਏ, ਆਪਕਾ ਹੀ ਏਸੀ ਅੱਲਾਹ ਮੀਆਂ ਹਮਾਰੇ ਗਰੀਬੋਂ ਕਾ ਹੈ, ਕਿਉਂਕਿ ਹਮ ਪੰਖੇ ਚਲਾ ਕੇ ਵੀ ਬਿੱਲ ਦੇ ਲੈਣ ਤੋਂ ਬੜੀ ਬਾਤ ਹੈ। ਆਪ ਲੋਕਾਂ ਨੂੰ ਪਤਾ ਵੀ ਬਿੱਲ ਲੋਕਾਂ ਨੂੰ ਕਿਤਨੇ ਆ ਰਹੇ ਹੈ, ਏਸੀ ਕੂਲਰ ਕਿਆ ਚਲਾਉਣੇ ਆ ਬਈ, ਪੰਖੇ ਜੋ ਚਲਾ ਰਹੇ ਹੈ ਉਹਨਾਂ ਕੋਲ ਬਿੱਲ ਦੀਆ ਜਾਏ ਤਾਂ ਬੜੀ ਬਾਤ ਹੈ। ਜਿਨ੍ਹਾਂ ਕੋਲ 200 ਯੂਨਿਟ ਜਲ ਜਾਤਾ ਨਾ, ਉਹਨਾਂ ਕੋਲ 10,000 ਉੱਪਰ ਬਿੱਲ ਆ ਰਿਹਾ, ਤਾਂ ਬੰਦਾ ਕਿਆ ਕਰੇ, ਸਾਰੇ ਕੰਮ ਦੇਖ ਕੇ ਚੱਲਣਾ ਪੜਦਾ। ਤਾਂ ਫਿਰ ਹਮ ਤਾਂ ਬਈ ਏਸੀ ਕੂਲਰ ਨਹੀਂ ਚਲਾ ਰਹੇ, ਝੂਠ ਨਹੀਂ ਬੋਲੇਂਗੇ। ਤੋ ਜਬ ਸੈਰੀ ਟਾਈਮ ਹੋਈ ਨਾ ਤਾਂ ਮਾਸ਼ਾਅੱਲਾ ਅੱਲਾਹ ਪਾਕ ਨੇ ਚੰਦ ਮੈਨੇ ਰਾਤ ਕੋ ਬੋਲੀ, ਮੈਨੇ ਕਿਹਾ ਅੱਲਾਹ ਪਾਕ ਹਰ ਬੰਦੇ ਕੀ ਸੁਣਦਾ। ਤੋ ਚੰਦ ਕਨੀਏ ਆਈ ਔਰ ਮੌਸਮ ਠੰਡਾ ਹੋਗਾ, ਤਾਂ ਫਿਰ ਹਮ ਲੋਕ ਨਾ ਅੱਜ 10:30 ਹੋ ਗਏ ਆ, ਤਾਂ 9:30 ਵਜੇ ਤੱਕ ਬੱਚੇ ਹੋਏ ਨਾ, ਨੀਂਦ ਪੂਰੀ ਕੀ ਹੈ। ਅਤੇ ਮੈਨੇ ਦੇਖਿਆ ਤਾਂ ਮੇਰੀ ਬੇਟੀ ਨੇ ਫਿਰ ਉੱਪਰ ਨਾ ਚਾਦਰ ਲਈ ਹੋਈ, ਤਾਂ ਮੈਨੇ ਕਿਹਾ ਹਾਂ ਹਮਾਰੀ ਹੋਈ ਹੈ ਨਾ, ਜਦ ਥੋੜ੍ਹੀ ਸੀ ਕਣੀਆਂ ਆਈ ਹੈ, ਬਾਰਿਸ਼ ਹੋਈ ਹੈ ਤਾਂ ਬੱਚੋਂ ਨੇ ਉੱਪਰ ਚਾਦਰੇ ਹੋਣੀ ਸ਼ੁਰੂ ਕਰਦੀ ਹੈ। ਤਾਂ ਅਬ ਉੱਠੀ ਹੋਈ, ਜਲਦੀ ਜਲਦੀ ਨਾਸ਼ਤਾ ਬਣਾਉਣੇ ਲੱਗੀ ਹੋ, ਨਾਸ਼ਤਾ ਬਣਾ ਕੇ ਫਿਰ ਮਿਲਦੇ ਹਾਂ ਵੀ ਕਿਆ ਕਰਨਾ। ਮੈਂ ਜੀ ਅੱਜ ਸਿਰਫ ਰਾਤ ਕੋ ਸਿੰਪਲ ਆਲੂ ਸ਼ੋਰਬੇ ਵਾਲੇ ਬੋਇਲ ਕਰਕੇ, ਬੱਚੇ ਕੋਈ ਸਾਲਣ ਨਹੀਂ ਖਾ ਰਹੇ, ਮਾਰਾ ਆਲੂ ਗੋਸ਼ਤ ਕਾ ਸਾਲਣ ਬੜਾ ਹੋਇਆ, ਮਾਰੀ ਦਾਲ ਕਾ ਸਾਲਣ ਬੜਾ ਹੋਇਆ, ਤਾਂ ਫਿਰ ਮੈਨੇ ਸਾਥ ਸਿਰਫ ਆਲੂ ਸ਼ੋਰਬੇ ਵਾਲੇ ਬਣਾ ਲਈਏ, ਔਰ ਅਬ ਮੈਂ ਸਾਥ ਪਰਾਂਠੇ ਬਣਾਉਣ ਲੱਗੀ। ਫਿਰ ਦੇਖਦੇ ਹਾਂ ਚੂਜ਼ੋਂ ਨੇ ਚੂਚੂ ਲਗਾਈ ਹੈ, ਉਹਨਾਂ ਕੋ ਕੁਛ ਡਾਲ ਦਿੱਤਾ। ਅੱਛਾ ਜੀ, ਕਿਸ ਕਿਸ ਕੋ ਪਤਾ ਇਹ ਕਿਆ ਚੀਜ਼ ਹੈ, ਮਾਸ਼ਾਅੱਲਾ ਇਹ ਨਿਆ ਹੀ ਫਲ ਆਇਆ, ਔਰ ਮੈਂ ਇਹ ਖਾਣੇ ਲੱਗੀ ਜੀ, ਤਾਂ ਮੈਨੇ ਕਿਹਾ ਪੁੱਛੂ ਆਪ ਲੋਕਾਂ ਕੋ ਪਤਾ ਵੀ ਇਹ ਕਿਆ ਹੈ, ਕਿਸ ਕਿਸ ਕੋ ਪਤਾ ਹੈ ਔਰ ਬਤਾਉਣਾ, ਇਹ ਦੇਖ ਲੈ ਮੈਂ ਪਾਸ ਕਰਕੇ ਦਿਖਾਤੀ, ਇਹ ਦੇਖੇ ਮਾਸ਼ਾਅੱਲਾ ਸਪੈਸ਼ਲ ਮੋਇਜ਼ ਕਹਿ ਰਿਹਾ ਯੂਕੇ ਸੇ ਫਲ ਆਇਆ, ਯੂਕੇ ਸੇ ਕੌਣ ਆਇਆ ਫਲ ਲੈ ਕੇ, ਚਲੇ ਮੈਂ ਖਾਤੀ ਹੂੰ ਔਰ ਆਪ ਲੋਕ ਕਮੈਂਟ ਮੇਂ ਬਤਾਨਾ ਵੀ ਇਹ ਕਿਆ ਹੈ। ਵਾਲੇਕੁਮ ਸਲਾਮ, ਮੂਛੇ ਕਹਾਂ ਸੇ ਲੈ ਕੇ ਆ ਗਏ ਹੋ, ਮੋਟੂ ਲੋ ਜੀ ਛੋਟੇ ਸੇ ਬੱਚੇ ਕੋ ਆ ਗਈ ਹੈ ਮੂਛੇ, ਮੂਛੇ ਹੋ ਤੋ ਨੈਣ ਜੈਸੀ ਹੋ, ਅੱਛੀ ਲੱਗ ਰਹੀ ਮੂਛੇ, ਓਏ ਇਸਕੀ ਮੂਛੇ ਦੇਖ, ਅੱਛਾ ਇਬਰਾਹੀਮ ਕੋ ਲਗਾ, ਇਬਰਾਹੀਮ ਮੂਛੇ ਲਗਾ ਇਧਰ, ਇਬਰਾਹੀਮ ਉਸੇ ਵੀ ਲਾਈ ਇਹਨੂੰ ਮੁੱਛਾ ਜ਼ਰਾ, ਉੱਠ ਕੇ ਲਗਾ ਨਾ, ਚਲਾਓ ਅਬ ਸਹੀ ਲੱਗੀ ਆ, ਓਏ ਮੂਛੇ ਹੋ ਤੇ ਇਬਰਾਹੀਮ ਜੈਸੀ ਹੋ, ਮੂੰਹ ਤਾਂ ਬੰਦ ਕਰੋ, ਮੂਛੇ ਆਪਕੀ ਤਾਂ ਨਜ਼ਰ ਆ ਰਹੀ, ਦਾਂਤ ਵੀ ਨਜ਼ਰ ਆ ਰਹੇ ਸਾ, ਕਸ ਲੈ ਕੇ ਆਇਓ, ਕਸ ਲੈ ਕੇ ਆਇਓ, ਮੋਟੂ ਪਤਲੂ ਉੱਪਰ ਕਰ ਭੁੱਖਾ, ਇਬਰਾਹੀਮ ਕੋ ਸਹੀ ਲੱਗੀ ਹੈ, ਠਹਿਰ ਜਾ
ਗਰਮੀ ਬਹੁਤ ਜ਼ਿਆਦਾ ਹੈ, ਬਸ ਹੋ ਗਈ ਹੈ। ਹਮਨੇ ਤੋ ਖਿੜਕੀਆਂ ਦਰਵਾਜ਼ੇ ਖੋਲ੍ਹੇ ਹੋਏ ਆ ਔਰ ਪਰਦੇ ਪਿੱਛੇ ਕੀਏ ਹੋਏ ਤਾਂ ਕਿ ਜੋ ਘਰ ਸਾਰੇ ਕੀ ਬਸ ਹੈ ਨਾ, ਇਨ ਚੀਜ਼ੋਂ ਸੇ ਬਾਹਰ ਨਿਕਲਣੀ ਹੈ, ਕਿਉਂਕਿ ਗੇਟ ਬੰਦ ਰਹਤਾ ਹੈ, ਗੇਟ ਕੇ ਉੱਪਰ ਵੀ ਇਸ ਤਰ੍ਹਾਂ ਕੀ ਜਾਲੀ ਹੈ, ਤੋ ਬਹੁਤ ਜ਼ਿਆਦਾ ਹੈ ਬਸ। ਹੁਣ ਆਵਾਜ਼ ਆਈ ਹੈ? ਹੈ ਮੋਬਾਈਲ ਦੂਰ ਹੈ, ਬਲੈਕਮੇਲ ਨਾ ਕਰ, ਮੈਂ ਤੈਨੂੰ 4-5 ਆਵਾਜ਼ ਦਿੱਤੀ ਹੈ ਬਾਈ ਬਾਈ ਹਣੀ ਫੋਨ ਸੱਚੀ ਮੈਂ ਪੈ ਗਿਆ। ਤੈਨੂੰ ਮਜ਼ਾ ਆਇਆ? ਠੰਡਾ ਸੀ ਕਿ ਗਰਮ ਸੀ ਪਾਣੀ? ਜੋ ਆਵਾਜ਼ ਨਾ ਸੁਣੇ ਗਰਮੀਓ ਮੈਂ ਉਸਕੇ ਉੱਪਰ ਪਾਣੀ ਫੇਂਕ ਦੋ। ਯੇ ਹਾਲ ਹੈ ਹਮਾਰਾ ਅੱਜ ਕੱਲ ਘਰ ਕਾ। ਨਹੀਂ ਇਹਦਾ ਮਸ਼ਵਰਾ ਨਹੀਂ, ਮੇਰਾ ਖੁਦ ਕਾ ਹੀ ਮਸ਼ਵਰਾ। ਕੀ ਲੈ ਰਹੀ ਹੈ? ਫਿਰ ਉਹਨੇ ਪਾਇਆ ਵੇ ਮੇਰੇ ਤੇ, ਫਿਰ ਇਹਨੇ ਪਾਇਆ ਮੇਰੇ ਤੇ ਪਾਣੀ, ਤੇ ਫਿਰ ਆਂਦਾ ਆੜੀ ਸੁਣਾਣਾ ਤੇ ਪਾਣੀ ਚੱਲਣਾ। ਮੈਂ ਚੱਲ ਮੈਂ ਵੀ ਆਈ, ਨਹੀਂ ਮੈਂ ਤੇ ਤੈਨੂੰ ਆਵਾਜ਼ਾਂ ਦੇ ਰਹੀ ਸੀ ਨਾ ਵੀ ਉੱਠ ਜਾ ਸਫਾਈ ਕਰ ਲਈ, ਤੂੰ ਉੱਠਦਾ ਨੀ ਸੀ ਪਿਆ। ਕਿਹਦੇ ਤੇ ਜ਼ਿਆਦਾ ਮਜ਼ਾ ਆਇਆ ਪਾਣ ਦਾ? ਮੇਰੇ ਤੇ ਮੈਂ ਜ਼ਿਆਦਾ ਗਾਲਾਂ ਕੱਢੀਆਂ ਸੀ। ਮਾਸ਼ਾਅੱਲਾ ਮਾਸ਼ਾਅੱਲਾ ਜੀ, ਨਾਸ਼ਤਾ ਵਗੈਰਾ ਹੋ ਗਿਆ, ਬਰਤਨ ਵਗੈਰਾ ਧੋਣੇ ਵਾਲੇ ਪੜੇ ਮੈਂ, ਸਫਾਈਆਂ ਕਰਨੇ ਵਾਲੀ ਪੜੀ ਹੈ, ਤੋ ਅੱਜ ਜੁਮੇਰਾਤ ਥੀ, ਤੋ ਸਭ ਕਾ ਪ੍ਰੋਗਰਾਮ ਬਣ ਗਿਆ ਨਾਸ਼ਤਾ ਕਰਤੇ ਕਰਤੇ, ਵੀ ਬੀਬੀਆਂ ਭਾਗ ਚਲਤੇ ਹੈ, ਮੁਹਰਮ ਆਉਣੇ ਵਾਲੇ ਹੈ, ਸਲਾਮ ਕਰਕੇ ਆਤੇ ਹੈ, ਤੋ ਮੈਨੇ ਕਹਾ ਚਲੇ ਮੈਂ ਆਪ ਲੋਗੋਂ ਕੋ ਵੀ ਬੀਬੀਆਂ ਪਾਕ ਸਲਾਮ ਕਰਵਾ ਕੇ ਲਾਤੀ ਹੂੰ, ਤੋ ਆਪ ਲੋਕ ਵੀ ਆਪਣੀ ਦੁਆ ਸ਼ਵਾ ਕਰ ਲੇ, ਜੋ ਜੋ ਅੱਲਾ ਪਾਕ ਕੇ ਅੱਗੇ ਕਰਨੀ ਹੈ, ਤੋ ਯੇ ਨਾ ਆਪ ਲੋਕ ਸੋਚ ਰਹੇ ਵੀ ਹਮ ਲੋਕ ਸ਼ੀਆ ਹੈ ਤੋ ਮੁਹਰਮ ਆ ਰਹੇ ਹੈ, ਯੇ ਵਾ ਅਲਹਮਦੁਲਿਲਾ ਹਮ ਲੋਕ ਅਹਿਲੇ ਸੁਨਤ ਹੈ, ਬਾਕੀ ਹਮ ਲੋਕ ਇਨਕੋ ਨਹੀਂ ਮਾਨੇਗੇ ਤੋ ਕਿਨ ਕੋ ਮਾਨੇਗੇ ਬਈ, ਤੋ ਸਭ ਜਾ ਰਹੇ ਹੈ, ਛੋਟੇ ਬੱਚੇ ਨਹੀਂ ਜਾ ਰਹੇ, ਤੋ ਕਹਿ ਰਹੇ ਮੈਮ ਨੇ ਵੀ ਜਾਣਾ ਹੈ, ਹਮਨੇ ਵੀ ਜਾਣਾ, ਸਿਰਫ ਮੇਰੇ ਬੜੇ ਬੱਚੇ ਜਾ ਰਹੇ। ਯੇ ਬਾਇਆ ਪਹਿਨ ਕੇ ਬੈਠ ਗਈ ਹੈ, ਉਹ ਬਾਈ ਜਨ ਸੋਇਆ ਮੋਈਸ ਜਾਣਾ ਤਾਂ ਉੱਠ ਜਾਓ ਵਜ਼ੂ ਕਰ ਲਓ, ਉੱਠ ਜਾਓ। ਹਾਂਜੀ ਵਾਲੇਕੁਮ ਸਲਾਮ, ਜਬ ਮੈਨੇ ਸ਼ੁਰੂ ਸ਼ੁਰੂ ਵਲੋਗ ਸ਼ੁਰੂ ਕੀਆ ਥਾ ਨਾ ਸ਼ਿਫਾ, ਮੈਂ ਵੀ ਕਹਿਤੀ ਤੀ ਅਸਲਾਮ ਅਲੈਕੁਮ ਗਾਈਜ਼, ਕਿਆ ਹਾਲ ਹੈ, ਹੈ ਨਾ, ਫਿਰ ਮੈਨੇ ਗਾਈਜ਼ ਛੋੜ ਹੀ ਦਿਆ, ਮੇਰਾ ਪਤਾ ਨਹੀਂ ਕਿਸੇ ਨੇ ਮਜ਼ਾਕ ਬਣਾਇਆ, ਅਸਲਾਮ ਅਲੈਕੁਮ ਗਾਈਜ਼, ਮੈਨੇ ਸਭ ਗਾਈਜ਼ ਕਹਿਤੇ ਹਾਂ ਤੋ ਮੈਨੇ ਗਾਈਜ਼ ਛੋੜ ਦਿਆ, ਕਹਿਤੇ ਹੋ ਤੇ ਨਾ ਮੋਈ ਸਮ। ਅੱਛਾ ਜਾਣਾ ਤੁਹਾਨੇ? ਹਾਂ ਕਿਆ ਮੰਮਾ ਨਹੀਂ ਮਾਨ ਰਹੀ, ਫਿਰ ਤੁਹਾਡਾ ਦਿਲ ਕਰਤਾ ਹੈ ਪਤਾ, ਫਿਰ ਉਹ ਬੜੀ ਬੱਚੀ ਘਰ ਹੈ ਤੋ ਕਹਿਤੀ ਵੀ ਨਹੀਂ ਸਾਰੇ ਬੱਚੇ ਘਰ ਨੇ, ਫਿਰ ਇੱਕ ਜਾਏਗਾ, ਇੱਕ ਜਾਏਗਾ ਤਾਂ ਸਾਰੇ ਜਾਏਗੇ, ਅਗਲੀ ਜੁਮੇਰਾ ਸਾਰੇ ਚੱਲੇਗੇ, ਠੀਕ ਹੈ। ਅੱਛਾ ਕੁਝ ਆ ਇਸੀਲੀਏ ਰਹੇ ਹਾਂ ਮਾਸ਼ਾਅੱਲਾ, ਅੱਜ ਮੌਸਮ ਠੰਡਾ ਤਾਂ ਮੈਨੇ ਕਿਹਾ ਚਲੇ ਪਿਆਰੇ ਪਿਆਰੇ ਮੌਸਮ ਕੋ ਜ਼ਰਾ ਬਾਹਰ ਜਾ ਕੇ ਇੰਜੋਏ ਕਰਕੇ ਆਤੇ ਹਾਂ, ਆਪਕੋ ਵੀ ਸਲਾਮ ਕਰਵਾਤੀ ਹੂੰ, ਸੈਰ ਕਰਵਾਤੀ ਹੂੰ, ਲਾਹੌਰ ਕੀ ਆ ਜਾਓ। ਬਾਰਿਸ਼ ਕੇ ਚੰਦ ਕਤਰੇ ਗਿਰਤੇ ਹੈ ਔਰ ਗਲੀ ਮੈਂ ਗੰਦ ਦੇਖੇ ਜ਼ਰਾ, ਗਲੀਆਂ ਗਿੱਲੀ ਹੋ ਜਾਂਦੀ, ਗਲੀ ਦੇ ਵਿੱਚ ਗੱਡੀ ਖੜੀ ਹੈ, ਹਾਏ ਹਾਏ ਗਲੀ 'ਚ ਗੱਡੀ ਖੜੀ ਹੈ ਤਾਂ ਨੰਗਿਆ ਨਹੀਂ ਜਾ ਰਹੇ ਕੈਟੋ। ਅਸਲਾਮ ਅਲੈਕੁਮ, ਇਹ ਦੇਖੇ ਦੋ
ये इधर इसलिए बैठी होती है इन लोगों ने ना, ये भी है, इन लोगों ने दूध और पानी वगैरह रखा होता है। बाजार में भी चिक्कड़ चिक्कड़ है, देखें जरा अंगूर लगे तो नहीं है। हमारी गाड़ी वाला नहीं अभी आया, देख ले। हाँ मैंने वो ऑफर कराई है, ये देखे अंगूर नहीं लगे जो मरी मेरी सिस्टर के घर है, उधर बड़े अंगूर लगे हुए है ना, काले अंगूर लगते हैं। बच्चे कह रहे मोटियां ताजियां सारियां बैठ गए, कहते मोटियां ताजियां ना ना रखी, अपनी तारीफ जा नहीं पता दबाओ अल्लाह। माशाल्लाह जी माशाल्लाह, हम घर से निकल चुके हैं, ये देखे हल्की हल्की धूप निकलना शुरू हो गई है, बाकी हवा ठंडी है और नहर देखे पानी की भरी हुई है, व्यू देखे कितना खूबसूरत है माशाल्लाह। अच्छा ये वीडियो मैं आज ही अपलोड कर दूंगी इंशाल्लाह। टिकटॉक दी तू वीडियो नहीं छड़दा? ਸੁਣ ਲਓ ਆਪਣੇ ਰਿਸ਼ਤੇਦਾਰ ਨਹੀਂ ਵੇਖਦੇ, ਲੋਕਾਂ ਨੇ ਕਿੱਥੋਂ ਵੇਖਣੀਆਂ ਨੇ। ਮਾਸ਼ਾਅੱਲਾ ਜੀ ਇਹ ਦੇਖੇ, ਕਾਫੀ ਦਿਨੋਂ ਬਾਅਦ ਮੈਂ ਬਾਹਰ ਵੀਡੀਓ ਬਣਾ ਰਹੀ ਹਾਂ, ਇਹ ਮਾਸ਼ਾਅੱਲਾ ਕੱਟ ਬੜਾ ਅੱਛਾ ਲੱਗਿਆ। ਚਲੇ ਜੀ ਜਾ ਕੇ ਮਿਲਦੇ ਹਾਂ ਜੀ। ਮਾਸ਼ਾਅੱਲਾ ਦੇਖੇ ये देखें जी माशाल्लाह माशाल्लाह, देखें कूलर लगा दिए उन लोगों ने पानी के लिए, पहले लगे इसे ये है जी। ਸਲਾਮ ਦਿਆ ਕਰੋ ਦੁੱਖ ਆਪਣੇ ਸਾਰੇ ਪਾਸੇ ਜ਼ਰੀ ਨਜ਼ਰ ਆ ਰਹੀ, ਇੱਥੇ ਆਵਾਮ ਨੇ ਸਲਾਮ ਕਰਨਾ ਹੁੰਦਾ, ਕਦਮ ਪੋਸ਼ੀ ਕਰ ਤੇ ਪਿੱਛੇ ਹੋ ਜਾਓ, ਅਸੀਂ ਕਿ ਉਧਰ ਜਾ ਹਟਾ ਦੇਣਾ ਤੁਹਾਨੂੰ। हमारे साथ हो गया एक मोए मोए गाड़ी में बैठने लगे तो हमारी गाड़ी के पास ना लपेड़ के बताई 20 रुपए ऊपर थे, 20 रुपए ऊपर थे ना, इस तरह 20 रुपए पड़े हुए थे,
तो सारे कह रहे एक दूसरे के आप पकड़ लो, आप पकड़ लो, आप पकड़ लो, तो मैंने पकड़ ली है। मैंने कहा इसमें शर्मिंदगी वाली कौन सी बात है, अल्लाह की जमीन पे पड़े हुए ऐसे पड़े, जब खोले तो खोली अंदरों की निकलिया। मैं कहा भाई 50 रुपए पीजे, ए वेखो दो, एक अद्धा 20 दा ते अद्धा 50 दा, ए फ्रेम कराना हुण ਲੈ ਵੀ ਮੈਂ ਇਹਨਾਂ ਨੂੰ ਸੁੱਟਣਾ ਸੁੱਟਣਾ ਕੋਈ ਨਹੀਂ, ਸਾਨੂੰ ਬੀਬੀਆਂ ਦੇ ਸ਼ਹਿਰ ਚੋਂ ਮਿਲੇ ਨੇ ਤੇ ਸੰਭਾਲ ਕੇ ਰੱਖਣੇ ਨੇ। ਘਰ ਹਮ ਵਾਪਸ ਜਾ ਰਹੇ ਹਾਂ, ਗਰਮੀ ਹੋ ਗਈ ਆ, ਕੱਪੜੇ ਗਿੱਲੇ ਹੋਣੇ ਸ਼ੁਰੂ ਹੋ ਗਏ, ਜਲਦੀ ਜਲਦੀ ਘਰ ਚਲਦੇ ਹਾਂ, ਅੱਲਾਹ ਖੈਰ ਕਰੇ, ਘਰ ਜਾ ਕੇ ਕੰਮ ਸ਼ਾਮ ਕਰਦੇ ਹਾਂ। ਨਾਨਕ ਗਾਨ ਚੱਲੇ ਜੇ ਦੇਖਿਓ ਘਰ ਜਾ ਕੇ ਭੁੱਲ ਜਾਣ। ਲੋ ਜੀ ਆਪ ਲੋਗੋਂ ਕੋ ਆਜ ਮਾਸ਼ਾ ਅੱਲਾਹ ਜੁਮੇ ਰਾਤ ਕਾ ਦਿਨ ਹੈ, ਬੀਬੀਆਂ ਪਾਕ ਕੀ ਸਲਾਮ ਕਰਾ ਦੀ ਹੈ, ਅਬ ਜਾ ਰਹੀ ਹੂੰ ਮੈਂ ਘਰ ਵਾਪਸ, ਗਾੜੀ ਸੇ ਉਤਰ ਗਏ ਹੈ। ਉਮੀਦ ਕਰਤੀ ਹੂੰ ਆਜ ਕੀ ਵੀਡੀਓ ਆਪ ਲੋਗੋਂ ਕੋ ਅੱਛੀ ਲੱਗੀ ਹੋਗੀ, ਅੱਛੀ ਲੱਗੇ ਤੋ ਚੈਨਲ ਕੋ ਸਬਸਕ੍ਰਾਈਬ ਕਰੇਂ, ਵੀਡੀਓ ਕੋ ਲਾਈਕ ਕਰੇਂ, ਆਗੇ ਸ਼ੇਅਰ ਵੀ ਕਰੇਂ। ਨੈਕਸਟ ਵੀਡੀਓ ਤੱਕ ਇਜਾਜ਼ਤ ਦੇ, ਅੱਲਾਹ ਹਾਫਿਜ਼।